ਨਾਵਲ ਵਿਰਲਾ ਵਿੱਚੋਂ ਝਾਕਦੀ ਜ਼ਿੰਦਗੀ ਦੇ 15ਵੇਂ ਅੰਗ ਦਾ ਬਾਕੀ ਦਾ ਹਿੱਸਾ ਬਗੇਲ ਨੇ ਖੁੰਡੇ ਨੂੰ ਹੱਥ ਪਾਉਂਦੇ ਆ ਕਿਆ ਤੂੰ ਪਾੜੀ ਮਾਰਨੀ ਨਾ ਛੱਡੀ ਹੋਰ ਨਾ ਆਖਦੀ ਸਾਡਾ ਬਾਬਾ ਤਾਂ ਰੱਬ 'ਚ ਗਲੀ ਕਰਕੇ ਮੀਂਹ ਪਵਾ ਦਿੰਦਾ ਸੀ ਸਾਰੇ ਹੱਸ ਪਏ ਕਈਆਂ ਨੇ ਤਾੜੀਆਂ ਵਜਾਈਆਂ ਬੋਰਡ ਦੇ ਪੱਤਿਆਂ 'ਚ ਛੁਪੇ ਪਰਿੰਦਿਆਂ ਨੇ ਤਰਭ ਕੇ ਖੰਭ ਫੜਫੜਾਏ ਬਗੇਲ ਸਿੰਘ ਬੋਲੀ ਜਾ ਰਿਹਾ ਸੀ ਮੂਰਖੋ ਦਰਖਤ ਤਾਂ ਕੋਈ ਛੱਡਿਆ ਨਹੀਂ ਆਸੇ-ਪਾਸੇ ਸੜਕ ਤੇ ਕੋਈ ਦਰਖਤ ਦਿਸਦਾ ਜੰਗਲਾਂ ਦੇ ਜੰਗਲ ਸਾਫ਼ ਕਰਦੇ। ਇਹ ਦੇ ਵਿਕਾਸ ਨੇ ਇਹਨਾਂ ਨੇ ਤਾਂ ਰਾਹਾਂ ਦੀਆਂ ਪਛਾਣਾਂ ਹੀ ਗਵਾਤੀਆਂ। ਲੱਗਦਾ ਹੀ ਨਹੀਂ ਅਸੀਂ ਆਪਣੇ ਪੁਰਾਣੇ ਰਾਹਾਂ ਤੇ ਫਿਰਦੇ ਆਂ। ਪਹਿਲਾਂ ਛੱਟ ਪਛਾਣ ਆ ਜਾਂਦੀ ਸੀ। ਆ ਗਈ ਬਈ ਪਿੱਪਲ ਵਾਲਾ ਮੋੜ, ਆ ਗਈ ਤ੍ਰਵੇਣੀ, ਆਗੇ ਆ ਗਿਆ ਸਫੈਦਿਆਂ ਦਾ ਜੋੜਾ। ਹੁਣ ਪੁੱਛਣਾ ਪੈਂਦਾ ਕਿੱਥੇ ਜੇ ਆਗੇ ਪਤਾ ਹੀ ਨਹੀਂ ਲੱਗਦਾ। ਦੂਰ ਦੂਰ ਤੱਕ ਨਾ ਕੋਈ ਰੁੱਖ ਨਾ ਰੁੱਖ ਦੀ ਜਾਤ। ਰੇਗਿਸਤਾਨ ਬਣਾਇਆ ਪਿਆ ਕਿੱਥੋਂ ਪਵਾ ਲੈਣਗੇ ਮੀ ਕੋਈ ਨਾ ਬੋਲਿਆ ਬਗੇਲ ਸਿੰਘ ਕੁਝ ਪਲ ਸਾਰਿਆਂ ਵੱਲ ਝਾਕਿਆ ਫਿਰ ਜੇਤੂ ਅੰਦਾਜ਼ ਚ ਖੁੰਡਾ ਚੁੱਕ ਕੇ ਤਾਂ ਨੂੰ ਖੜਾ ਕੀਤਾ ਤਿੰਨ ਚਾਰ ਵਾਰ ਥੜੇ ਉੱਪਰ ਮਾਰ ਕੇ ਠੱਕ ਠੱਕ ਕੀਤੀ ਹੇਠੀ ਮੰਨ ਗਏ ਪਾਂਡਿਆਂ ਦੇ ਤੇਜੇ ਨੇ ਵਾਰ ਕੀਤਾ ਅੱਜ ਪਤਾ ਲੱਗਿਆ ਵੀ ਸਾਰੀ ਅਕਲ ਬਾਬੇ ਦੀ ਛਵੀਂ ਉਂਗਲੀ ਚ ਹੈ ਬਗੇਲ ਸਿੰਘ ਨੇ ਖੁੰਡਾ ਉਗਰਿਆ ਤਾਂ ਤੇਜਾ ਪਿੱਛੇ ਸਰਕ ਗਿਆ ਚੱਕ ਮੱਖੀਆਂ ਕਰਦਿਆਂ ਤੋਂ ਸੂਰਜ ਹੌਲੀ-ਹੌਲੀ ਪਹਿਲਾਂ ਬੋਰਡ ਦੀ ਟੀਸੀ ਤੋਂ ਫਿਰ ਘਰਾਂ ਦੀਆਂ ਛੱਤਾਂ ਤੋਂ ਹੇਠਾਂ ਉਤਰ ਗਿਆ ਮੱਠੀ-ਮੱਠੀ ਹਵਾ ਵਗਣ ਲੱਗ ਪਈ ਬੋਰਡ ਦੇ ਕੁਝ ਸੁੱਕੇ ਪੱਤੇ ਹੇਠਾਂ ਡਿੱਗੇ ਪਾਂਡਿਆਂ ਦਾ ਤੇਜਾ ਕੋਈ ਗੱਲ ਕਰਨ ਲਈ ਉੱਸਲ ਵਟੇ ਲੈ ਰਿਹਾ ਸੀ ਧਰਮਸ਼ਾਲਾ ਦੇ ਪਿਛਲੇ ਪਾਸੇ ਅਚਾਨਕ ਰੌਲਾ ਸੁਣਿਆ ਸਾਰਿਆਂ ਨੇ ਕੰਨ ਖੜੇ ਕਰ ਲਏ ਪਰ ਖੇਡਦੇ ਰੌਲਾ ਪਾਉਂਦੇ ਬੱਚਿਆਂ ਨੂੰ ਭਗੇਲ ਸਿੰਘ ਨੇ ਦਬਕਾ ਮਾਰ ਕੇ ਚੁੱਪ ਕਰਾ ਦਿੱਤਾ ਰੌਲੇ 'ਚ ਬੰਦੇ ਵੀ ਬੋਲਦੇ ਸੁਣੇ ਤੇ ਕਿਸੇ ਜਨਾਨੀ ਦੇ ਉੱਚੀ-ਉੱਚੀ ਬੋਲਣ ਦੀਆਂ ਆਵਾਜ਼ਾਂ ਵੀ ਸੁਣੀਆਂ ਤੇ ਪਾਂਡਿਆਂ ਦਾ ਤੇਜਾ ਬੋਲਿਆ ਤਾਂ ਜੁਵਾਲਾ ਸਿੰਘ ਬੋਲਦਾ ਲੱਗਦਾ ਹੈ ਅਜੇ ਕੱਲ ਪਰਸੂ ਆਇਆ ਜ਼ਮਾਨਤ ਕਰਾ ਕੇ ਆਉਂਦੇ ਨਹੀਂ ਕੋਈ ਸਿਆਪਾ ਖੜਾ ਕਰਤਾ ਹੋਣਾ ਗੱਲ ਖਾਸੀ ਵਿਗੜੀ ਲੱਗਦੀ ਹੈ ਪਿੰਡ ਦੇ ਦੂਜੇ ਪਾਸੇ ਦਾ ਇੱਕ ਜਥੇਦਾਰ ਬੋਲਿਆ ਪਾਂਡਿਆਂ ਦਾ ਤੇਜਾ ਹੱਸਿਆ ਕੁੱਤੇ ਨੂੰ ਖੀਰ ਨਹੀਂ ਪੱਚਦੀ ਕੁੱਤਾ ਕਿਹੜਾ ਉਹਨਾਂ ਦੇ ਜਥੇਦਾਰ ਨੇ ਫੇਰ ਪੁੱਛਿਆ ਤਈ ਸਵਾਰ ਬਗੇਲ ਸਿੰਘ ਨੇ ਕਿਹਾ ਜਥੇਦਾਰ ਜੀ ਕਾਲੀਆਂ ਦੇ ਮੋਰਚਿਆਂ ਚ ਜੈਕਾਰੇ ਛੱਡਣ ਤੋਂ ਬਿਨਾਂ ਆਸੇ-ਪਾਸੇ ਕੀ ਹੁੰਦਾ ਇਹਦੀ ਵੀ ਜਾਣਕਾਰੀ ਰੱਖਿਆ ਕਰੋ ਤੇ ਜਿਆ 10 ਬਈ ਜਥੇਦਾਰ ਨੂੰ ਜਵਾਲੇ ਕਿਆਂ ਨੇ ਕਿਹੜਾ ਕੁੱਤਾ ਰੱਖਿਆ ਉਹਨਾਂ ਦਾ ਭਈਆ ਘਟ ਹੈ ਸੂਰਾਂ ਨੂੰ ਤਾਂ ਫਿੱਟਿਆ ਪਿਆ ਉਹ ਤਾਂ ਨਮਕੀਨ ਮਾਲ ਤੇ ਤਰ ਤਰ ਮਾਲ ਸਾਰਿਆਂ ਦਾ ਸਵਾਦ ਲੈਂਦਾ ਅੱਜ ਕੀ ਪੜਤੂ ਪਿਆ ਬਗੇਲ ਸਿੰਘ ਨੇ ਪੁੱਛਿਆ ਮੈਨੂੰ ਲੱਗਦਾ ਹੈ ਉਹਨਾਂ ਦੇ ਰਿਸ਼ਤੇਦਾਰ ਆਏ ਹੋਏ ਆ ਜੈਲਾ ਜੀ ਨੂੰ ਜਵਾਲਾ ਸਿੰਘ ਜਰਨੈਲ ਲਗਦਾ ਹੁੰਦਾ ਉਹ ਤਾਂ ਅਜੇ ਜੇਲ੍ਹ 'ਚ ਐ ਇਹ ਪਤਾ ਨਹੀਂ ਕਿਵੇਂ ਜ਼ਮਾਨਤ ਕਰਾ ਲਿਆ ਆ ਨੋਟ ਚੜ੍ਹਾਏ ਹੋਣਗੇ ਨੋਟਾ ਮੇੜਾਂ ਦਾ ਥਾਣਿਆਂ ਕਚਹਿਰੀਆਂ 'ਚ ਵੱਡੀ ਉਂਗਲ ਤੇ ਨਹੀਂ ਮੂਤਦੇ ਛੋਟੇ ਕਰਨਲ ਦਾ ਤਾਂ ਸਾਰਿਆਂ ਨੂੰ ਪਤਾ ਹੀ ਐ ਨਸ਼ੇ ਪੱਤੇ ਫੁੱਲ ਹੋਣ ਤਾਂ ਬੰਦੇ ਉਹਨੂੰ ਚਿੜੀਆਂ ਜਨੌਰ ਹੀ ਦਿਸਦੇ ਐ ਹਾਥੀ ਵਾਂਗੂ ਝੂਲਦਾ ਫਿਰਦਾ ਹੁੰਦਾ ਮਹਾਰਾਜਿਆਂ ਵਾਲਾ ਖਾਣ ਪੀਣ ਐ ਤੇ ਤੀਵੀਆਂ ਯਾਨੀ ਕਿ ਦੋਵੇਂ ਨੂੰਹਾਂ ਬਸ ਇਹ ਮੋਰਚਾ ਨਹੀਂ ਖੋਲਣਾ ਬਘੇਲ ਸਿੰਘ ਨੇ ਵਰਜਿਆ ਮੈਂ ਤਾਂ ਇਸ਼ਾਰਾ ਹੀ ਛੱਡਿਆ ਹੈ ਗਾਂ ਤਾਂ ਮੈਂ ਵੀ ਨਹੀਂ ਖੁਸ਼ ਆਖਣਾ ਪਾਂਡਿਆਂ ਦਾ ਤੇਜਾ ਥੱਲਾ ਜ਼ਮੀਨ ਤੇ ਟਿਕ ਕੇ ਆਰਾਮ ਨਾਲ ਬੈਠ ਗਿਆ ਇਸ ਪਾਸੇ ਦੀ ਸਾਥ ਵਿੱਚ ਪਾਂਡਿਆਂ ਦਾ ਤੇਜਾ ਸਿੰਘ ਤੇ ਛਾਂਗਿਆਂ ਦਾ ਬਘੇਲ ਸਿੰਘ ਆਪਸ ਵਿੱਚ ਸਿੰਘ ਫਸਾਈ ਰੱਖਦੇ ਸੀ ਕੁਝ ਵੇਲੇ ਤਾਂ ਇਹਨਾਂ ਦੀਆਂ ਜਾਬਾਂ ਦਾ ਭੇੜ ਹੀ ਸੁਣਨ ਆਉਂਦੇ ਸੀ ਗੱਲਾਂ ਕਰਦੇ ਇੱਕ ਦੂਜੇ ਨੂੰ ਝੀਆਂ ਲੈ ਲੈ ਪੈਂਦੇ ਬਗੇਲ ਸਿੰਘ ਖੁੰਡਾ ਖੜਕਾਉਂਦਾ ਤੇਜਾ ਸਿੰਘ ਕੋਈ ਹੋਰ ਵੱਡੀ ਬਾਡੀ ਮਾਰਦਾ ਨੂਰਾ ਕੁਸ਼ਤੀ ਆਂਗੂ ਲੋਕਾਂ ਦਾ ਭਰਪੂਰ ਮਨੋਰੰਜਨ ਕਰਕੇ ਦੋਵੇਂ ਜਣੇ ਦੁਨੀਆਦਾਰੀ ਦੀਆਂ ਗੱਲਾਂ ਕਰਨ ਲੱਗ ਪੈਂਦੇ ਇਸ ਪੜਾ ਤੇ ਪਹੁੰਚ ਕੇ ਸੁਣਨ ਵਾਲਿਆਂ ਨੂੰ ਭੋਰਾ ਆਨੰਦ ਨਾ ਆਉਂਦਾ ਤੇ ਆਪਣੇ ਪੱਲੇ ਛਾੜ ਦੇ ਖਿਸਕਣ ਲੱਗਦੇ ਤੇਜਾ ਸਿੰਘ ਅਜੇ ਆਰਾਮ ਨਾਲ ਬੈਠਿਆ ਹੀ ਸੀ ਅਚਾਨਕ ਜਵਾਲਾ ਸਿੰਘ ਦੇ ਘਰ ਵੱਲੋਂ ਫੇਰ ਲਲਾ ਲਲਾ ਸੁਣੀ ਮੈਂ ਚੱਲਿਆ ਤੇਜਾ ਸਿੰਘ ਉੱਠ ਕੇ ਖੜ ਗਿਆ ਗਵਾਣ ਘਰ ਹੈ ਕੰਧ ਸਾਂਝੀ ਹੈ ਪਤਾ ਤਾਂ ਲੱਗੇ ਲੜਦੇ ਕਿਉਂ ਹੈ ਗੱਲ ਮਾਰਮਰਾਈ ਤੇ ਆ ਗਈ ਤਾਂ ਹਟਾਉਣ ਦੇ ਬਹਾਨੇ ਭੇਤ ਕੱਢ ਲਿਓ ਸੋਚਦਾ ਤੇਜਾ ਸਿੰਘ ਚੰਗਾ ਫਤਿਹ ਕੱਲ ਮਿਲਾਂਗੇ ਆਕੇ ਆਪਣੇ ਜਾਣੇ ਖਾਸਾ ਤੇਜ ਆਪਣੇ ਘਰ ਤੁਰ ਗਿਆ ਅੰਗ 16ਵਾਂ ਪਾਂਡਿਆਂ ਦਾ ਤੇਜਾ ਆਪਣੇ ਘਰ ਦੀ ਛੱਤ ਉੱਪਰ ਬੜਾ ਔਖਾ ਹੋ ਕੇ ਚੜਿਆ ਲੱਕੜ ਦੀ ਪੌੜੀ ਤੋਂ ਦੋ ਵਾਰ ਡਿੱਗਦਾ ਡਿੱਗਦਾ ਬਚਿਆ ਛੱਤ ਉੱਪਰ ਪਿਸ਼ਾਬ ਕਰਨ ਲਈ ਇੱਟਾਂ ਨਾਲ ਬਣਾਏ ਆਰਜ਼ੀ ਪਰਦੇ ਦੀ ਓਟ 'ਚ ਖੜਕੇ ਜਦੋਂ ਉਹਨੇ ਜਵਾਲਾ ਸਿੰਘ ਦੇ ਵੇੜੇ 'ਚ ਨਿਗਾਹ ਦੀ ਬੱਲੀ ਮਾਰੀ ਉਹਦੇ ਮੂੰਹ ਸੁਭਾਵ ਸੁਭਾਵਕ ਨਿਕਲ ਗਿਆ ਬੱਲੇ 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 ਇੱਥੇ ਤਾਂ ਪੂਰੀ ਮਜਲਿਸ ਲੱਗੀ ਹੋਈ ਆ ਉਹ ਸ਼ਹਿ ਗਿਆ ਸਾਰਾ ਵजूद ਹੀ ਕੰਨ ਬਣ ਗਏ ਹਰ ਗੱਲ ਸੁਣਨ ਲਈ ਉਹਨੇ ਸਾਹ ਵੀ ਰੋਕ ਲਿਆ ਇੱਕ ਵਾਰ ਤਾਂ ਉਹਦਾ ਜੀ ਕੀਤਾ ਛੱਤ ਉੱਪਰੋਂ ਛਾਲ ਮਾਰ ਕੇ ਉਹਨਾਂ ਦੇ ਵੇੜੇ 'ਚ ਜਾ ਖੜੇ ਜਵਾਲੇ ਦੀਆਂ ਦੋਹਾਂ ਨੂਆਂ ਨੂੰ ਬੈਸਦੀਆਂ ਸੁਣ ਕੇ ਉਦੇ ਮੂਹ ਸੁਭਾਵਕੀ ਕਈ ਵਾਰ ਨਿਕਲਿਆ ਉਹ ਬੋਲੇ ਨਰ ਬੱਚੀਆਂ ਦੇ ਨਹੀਂ ਰੀਸਾਂ ਸਾਰਾ ਕੁਝ ਸੁਣ ਕੇ ਜਦੋਂ ਮਲਕੜੇ ਜੇ ਹੀਠਾ ਉਤਰਿਆ ਉਹਦੀ ਅਜੀਬ ਹਾਲਤ ਸੀ ਉਹਨੂੰ ਅਫਰੇਵਾ ਹੋਣ ਵਰਗਾ ਅਹਿਸਾਸ ਹੋਣ ਲੱਗਾ ਜਵਾਲਾ ਸਿੰਘ ਦੇ ਵਿਹੜੇ ਚ ਜੋ ਵੇਖਿਆ ਸੁਣਿਆ ਉਹਨੂੰ ਉਗਲਣ ਲਈ ਤੇਜਸ ਇਸ ਤਰ੍ਹਾਂ ਵੱਟ ਜਿਆ ਕਰਨ ਲੱਗਾ ਜਿਵੇਂ ਸੌਣ ਲੱਗਾ ਪਸ਼ੂ ਕਦੇ ਬੈਠਦਾ ਕਦੇ ਉੱਠਦਾ ਖੁਰ ਵੱਡ ਕਰਦਾ ਸਾਰੀ ਰਾਤ ਨੂੰ ਅੱਜ ਵੀ ਲੱਗੀ ਰਹੀ ਕਦੋਂ ਦਿਨ ਚੜੂ ਕਦੋਂ ਬਾਹਰ ਜਾਊ ਕਦੋਂ ਛਾਂਗਿਆਂ ਦੇ ਬਗੇਲੇ ਤੇ ਦੂਜਿਆਂ ਨੂੰ ਮਿਲੂ ਧਰਮਸ਼ਾਲਾ ਦੇ ਤਖਤ ਪੋਛ ਤੇ ਆ ਕੇ ਬੈਠਣ ਵਾਲਾ ਜਤੇਜਾ ਸਿੰਘ ਪਹਿਲਾ ਬੰਦਾ ਸੀ ਫਿਰ ਜਿਵੇਂ ਜਿਵੇਂ ਧੁੱਪ ਨਾਲ ਦਿਨ ਨਿਕਾ ਹੁੰਦਾ ਗਿਆ ਤਖਤ ਪੋਛ ਤੇ ਰੌਣਕ ਵਾਧੀ ਗਈ ਤੇਜਾ ਸਿੰਘ ਜੇ ਮੈਂ ਤੁਹਾਨੂੰ ਕੱਲ ਦੇ ਰੋਲੇ ਦੀ ਗੱਲ ਦੱਸਦਾ ਆ ਕੇ ਜਵਾਲੇ ਦੇ ਘਰੇ ਕੋਈ ਰੋਲੇ ਰੱਪੇ ਦੀ ਗੱਲ ਯਾਦ ਨਾ ਕਰਾਉਂਦਾ ਤਾਂ ਸਾਰੇ ਭੁੱਲੇ ਹੀ ਬੈਠੇ ਸੀ ਗੱਲਾਂ ਜਿੰਨੀਆਂ ਮਰਜ਼ੀ ਸੁਣਾ ਦੇ ਫਾਡੀਆਂ ਨਾ ਮਾਰੀ ਬਘੇਲ ਸਿੰਘ ਛਾਂਗੇ ਨੇ ਖੁੰਡਾ ਖੜਕਾਉਨੇ ਆ ਗਿਆ ਜਮਾਈ ਨੇ ਅੱਖੀ ਦੇਖੀ ਹੀਰ ਦੇ ਕਿੱਸਿਆਂ ਅੱਖਰ ਅੱਖਰ ਸੱਚਾ ਹੋਊ ਤੇ ਜਿੱਥੇ ਤੁਹਾਨੂੰ ਲੱਗੇ ਵੀ ਆਹ ਨਹੀਂ ਠੀਕ ਲੱਗਦੀ ਗੱਲ ਢੋਕ ਦਿਓ ਹੁਣ ਤੂੰ ਬਲੇਵਾ ਜਾਨ ਆਪਾਂ ਕਥਾ ਸ਼ੁਰੂ ਕਰ ਬਘੇਲ ਨੇ ਕਿਹਾ ਲੈ ਆ ਵੀ ਸੰਗ ਤੇ ਜਦੋਂ ਤੇਜੇ ਨੇ ਕਿਹਾ ਦੋ ਤਿੰਨ ਚੌਂਕੜੀ ਮਾਰੀ ਪੱਬਾਂ ਭਾਰ ਹੋ ਗਈ। ਜਦੋਂ ਮੈਂ ਕੱਲ ਇੱਥੋਂ ਗਿਆ ਮੈਂ ਜਾ ਚੜਿਆ ਆਪਣੇ ਕੋਠੇ ਤੇ। ਵੇੜੇ 'ਚ ਤਾਂ ਰੌਣਕਾਂ ਲੱਗੀਆਂ ਪਈਆਂ। ਜਰਨੈਲ ਦਾ ਸੋਹਰਾ, ਮਾਸੜ, ਫੁੱਫੜ। ਇੱਕ ਕੋਈ ਉੱਪਰ ਆ ਜਾ ਰਿਸ਼ਤੇਦਾਰ ਸੀ। ਮੈਂ ਸਿਆਣਿਆਂ ਨਹੀਂ। ਉਹ ਗੁੱਸੇ 'ਚ ਢੇੜੇ ਨਾਲ ਹੀ ਬਾਹਾਂ ਜੀਆਂ ਚੜਾਉਣ ਲੱਗ ਗਿਆ ਕਰੇ ਕੁਰਤੇ ਦੀਆਂ। ਮੈਨੂੰ ਤਾਂ ਲੱਗੇ ਮਾਰੂ ਕਿਸੇ ਦੇ ਸੱਟ ਫੇਟ। ਤੇ ਜਿਹੜਾ ਜੈਲੇ ਤੋਂ ਛੋਟਾ ਕੈਲਾ ਕਰਨਲ ਸਾਹਿਬ ਉਹ ਤਾਂ ਨਸ਼ੇ 'ਚ ਟੱਲੀ ਹੋਇਆ। ਇੱਕ ਪਾਸੇ ਕਬੂਤਰ ਵਾਂਗੂ ਅੱਖਾਂ ਮੀਚੀ ਬੈਠਾ ਰਿਹਾ। ਤੇ ਜਵਾਲਾ ਪੂਰਾ ਕਰੋਧੀ ਜਦੋਂ ਬੋਲੇ ਮੂੰਹ ਚੋਂ ਲਾਟਾਂ ਕੱਢੇ ਦੋਵੇਂ ਨੂਹਾਂ ਦੇ ਟਾਕਾਂ ਤੇ ਹੱਥ ਰੱਖੇ ਹੋਏ ਸੋਹਰੇ ਵੱਲ ਕਹਿਰੀਆਂ ਅੱਖਾਂ ਕਰੀ ਖੜੀਆਂ ਦੋਵੇਂ ਨੂਹਾਂ ਜਲੇ ਕਲੇ ਦੀਆਂ ਬੋਟੀਆਂ ਭਗੇਲਨੇ ਪੁੱਛਿਆ ਜਿਵੇਂ ਉਹਨੂੰ ਯਕੀਨ ਨਾ ਆਇਆ ਹੋਵੇ ਤੇ ਹੋਰ ਸੁਣੋ ਤਾਂ ਸਹੀ ਜਵਾਲਾ ਬਾਹ ਮਾਰ ਮਾਰ ਆਖੀ ਜਾਵੇ ਹੱਦ ਤੱਕ ਹੋਗੀ ਬੇਇੱਜ਼ਤੀ ਸ਼ਰਮ ਨਹੀਂ ਆਉਂਦੀ ਸਾਡਾ ਜਲੂਸ ਕੱਢਤਾ ਮੂੰਹ ਦਿਖਾਉਣ ਜੋਗੇ ਨਹੀਂ ਤੁੱਟਵੇਂ ਜੇ ਬੋਲ ਸੁਣਦੇ ਸੀ ਜੈਲ ਆਉ ਜੇਲ੍ਹ ਚੋਂ ਫੇਰ ਅੱਖਾਂ ਚ ਘਸੁੰਨ ਦੇ ਕੇ ਵੇਖਿਓ ਡੱਕਰੇ ਕਰੂੰਗਾ ਕਰੂੰਗਾ ਤੁਹਾਡੇ ਬਾੜੀ ਅੱਗ ਲੱਗੀ ਆ ਤੁਹਾਨੂੰ ਸਾਨੂੰ ਤਾਂ ਲੱਗਦਾ ਨਹੀਂ ਇਹੋ ਜੀਆਂ ਗੱਲਾਂ ਕਰੂ ਕਹੂਗਾ ਜਵਾਲਾ ਬਾਡੀਆਂ ਮਾਰੀ ਜਾਂਦਾ ਬਘੇਲ ਨੇ ਫੇਟੋ ਕੇ ਗੱਲ ਤਾਂ ਪੂਰੀ ਸੁਣਦੇ ਨਹੀਂ ਜਦੋਂ ਕਿਹਾ ਅੱਖੀ ਦੇਖੀ ਹੀ ਰੰਗੂ ਪੂਰਾ ਪੂਰਾ ਸੁਣਾਉ ਤੇ ਜਾ ਕੇ ਜੀ ਦੋ ਤਿੰਨ ਜਣੇ ਫੇਰ ਵਿੱਚੋਂ ਆਪਣਾ ਹੀ ਘੋੜਾ ਭਜਾਉਣ ਲੱਗੇ ਤਾਂ ਬਘੇਲ ਨੇ ਝਿੜਕੇ ਤੁਹਾਨੂੰ ਪਰੋਂ 'ਚ ਬੈਠਣ ਦੀ ਅਕਲ ਨਹੀਂ ਹੈ ਇੱਕ ਗੱਲ ਤਾਂ ਪੂਰੀ ਹੋ ਲੈਣ ਦਿਓ ਤੇਜੇ ਨੇ ਛੱਡੀ ਤੰਦ ਫੇਰ ਝੋਲੀ ਜੈਲੇ ਦੀ ਘਰ ਵਾਲੀ ਬੋਲੀ ਬਾਪੂ ਜੀ ਸਾਨੂੰ ਵੱਧ ਘੱਟ ਬੋਲਣ ਦੀ ਲੋੜ ਨਹੀਂ ਹੈ ਪਹਿਲਾਂ ਆਪਦੇ ਪੁੱਤਾਂ ਦਾ ਇਲਾਜ ਕਰਾ ਪੁੱਤਾਂ ਨੂੰ ਕੋੜ ਹੋਇਆ ਜਵਾਲਾ ਪੂਰਾ ਹਰਖਿਆ ਹੋਇਆ ਸੀ ਆਪਦੇ ਪੁੱਤਾਂ ਨੂੰ ਪੁੱਛ ਲਈ ਮੈਥੋਂ ਕਾਹਤੋਂ ਸੁਣਨਾ ਨੂ ਬੋਲੀ ਤੇ ਛੋਟੀ ਨਹੀਂ ਬੋਲੀ ਕੈਲੇ ਵਾਲੀ ਇੱਕ ਹੋਰ ਤੋਂ ਬੋਲਣੋਂ ਰਿਹਾ ਨਾ ਗਿਆ ਬਘੇਲ ਸਿੰਘ ਨੇ ਫੇਰ ਦਬਕਾ ਮਾਰਿਆ ਉਹ ਚੁੱਪ ਕਰਕੇ ਸੁਣੀ ਨਹੀਂ ਜਾਂਦੀ ਗੱਲ ਬੋਲਣ ਵਾਲਾ ਕੱਚਾ ਜਿਹਾ ਹੋ ਕੇ ਨੀਵੀਂ ਪਾ ਗਿਆ ਕੈਲੇ ਦੀ ਘਰ ਵਾਲੀ ਬੋਲੀ ਕਿਉਂ ਨਹੀਂ ਪਤਾ ਹੈ ਕੀ ਕਹਿੰਦੀ ਕਹਿੰਦੀ ਤੇਜਾ ਚੁੱਪ ਕਰ ਗਿਆ ਸਾਰਿਆਂ ਵੱਲ ਝਾਕਿਆ ਸਾਰੇ ਉਤਸੁਕ ਹੋ ਗਏ ਤੇਜੇ ਦੇ ਮੂੰਹ ਹਲ ਵੇਖਣ ਲੱਗੇ ਇੱਕ ਤਾਂ ਪੈਰਾਪਾਰ ਹੋ ਗਿਆ ਤੇਜਾ ਬੋਲਿਆ ਕਹਿੰਦੀ ਵੱਡਾ ਤਾਂ ਜੇਲ੍ਹ ਚ ਹੈ ਤੇ ਬਾਪੂ ਤੇਰਾ ਛੋਟਾ ਆ ਬੈਠਾ ਹੈ ਮੂੰਹ ਤੇ ਬੈਠੀ ਮੱਖੀ ਨਹੀਂ ਉਡਾਈ ਜਾਂਦੀ ਇਤੋਂ ਕੋਈ ਨਿਸ਼ਾਨੀ ਛੱਡਿਆ ਇਹਨੇ ਜਹਾਨ ਦਾ ਜਦੋਂ ਚਿੱਟਾ ਜਿਹਾ ਸੁੰਘ ਲੈਂਦਾ ਹੈ ਫਿਰ ਦਿੱਲੀ ਦੇ ਕਿੰਗਰੇ ਭੋਰਨ ਲੱਗ ਜਾਂਦਾ ਹੈ ਇਹ ਵੀ ਆਪਣੇ ਆਪ ਨੂੰ ਮਰਦ ਸਮਝਦਾ ਹੋਣਾ ਸੁਣ ਕੇ ਕੈਲੇ ਨੇ ਮਾੜਾ ਜਿਹਾ ਸਿਰ ਚੱਕਿਆ ਮੈਂ ਤਾਂ ਸੋਚਿਆ ਭਗੇਲ ਸਿਆਂ ਹੁਣ ਪਊ ਕੋਈ ਪੰਗਾ ਪਰ ਉਹ ਤਾਂ ਫਿਰ ਧੌਣ ਸਿੱਟ ਗਿਆ ਨੂੰ ਨੇ ਫਿਰ ਵੰਗਾਰ ਵੰਗਾਰਿਆ ਕਹਿੰਦੀ ਵੇਖ ਲਾ ਬਾਪੂ ਤੇਰਾ ਕਰਨਲ ਸਿਓ ਪਤਾ ਨਹੀਂ ਭਾਈ ਮਾਸੜ ਹੋਣਾ ਕਿ ਫੁੱਫੜ ਕਹਿੰਦਾ ਫੇਰ ਵੀ ਭਾਈ ਬੀਬਾ ਭਾਈਚਾਰੇ 'ਚ ਬਦਨਾਮੀ ਤਾਂ ਹੁੰਦੀ ਆ ਸ਼ਰੀਕਾ ਨੂੰ ਗੱਲਾਂ ਕਰਨ ਦਾ ਮੌਕਾ ਮਿਲਦਾ ਤੋਂਮਤਾ ਲੱਗਦੀ ਐ ਵੱਡੀ ਨੂੰ ਬੋਲੀ ਕੌਣ ਲਾਊਗਾ ਤੋਂਮਤਾ ਸਾਬਤ ਕਰੇ ਕੋਈ ਅਸੀਂ ਮਾੜੀਆਂ ਅਸੀਂ ਥਾਣੇ ਦੇਵਾਂਗੇ ਜਾਂ ਪਰਚਾ ਬਾਪੂ ਤੇ ਵੀ ਬਈ ਇਹ ਸਾਡੇ ਤੇ ਦੂਸ਼ਣ ਲਾਉਂਦਾ ਸਾਰੇ ਰਿਸ਼ਤੇਦਾਰ ਸੁਣਦੇ ਆ ਬਾਪੂ ਨੂੰ ਪੁੱਛੋ ਇਹ ਅੱਧੀ ਰਾਤ ਨੂੰ ਮੇਰੇ ਕਮਰੇ 'ਚ ਪਾਣੀ ਲੈਣ ਆਇਆ ਸੀ ਮੈਂ ਆਖਿਆ ਬਾਪੂ ਰਸੋਈ ਤਾਂ ਦੂਜੇ ਪਾਸੇ ਆ ਕਹਿੰਦਾ ਅੱਛਾ ਭਾਈ ਨੀਂਦ ਚ ਪਤਾ ਨਹੀਂ ਲੱਗਿਆ ਹੁਣ ਇਹਨੂੰ ਅਸੀਂ ਮਾੜੀਆਂ ਲੱਗਣ ਲੱਗ ਪਈਆਂ ਚਸਕਾ ਲੈਂਦੀ ਮੰਢੀਰ ਨੇ ਤੋੜੀ ਚੱਕਤੀ ਬਹੁਤ ਸੱਚੀ ਇੱਕ ਹੋਰ ਬੋਲਿਆ ਉਹ ਬੜਾ ਕੋਚਰੀ ਐ ਬਾਬਾ ਜਵਾਲਾ ਉਹ ਕੋਚਰੀ ਨਹੀਂ ਕੰਜਰ ਆਖ ਇੱਕ ਹੋਰ ਬੋਲਿਆ ਉਹ ਗੱਲ ਪੂਰੀ ਹੋਣ ਦਿਓ ਬਘੇਲ ਨੇ ਫੇਰ ਸਾਰਿਆਂ ਨੂੰ ਝਿੜਕਿਆ ਹੁਣ ਉਹਨੂੰ ਵੀ ਕਥਾ ਦਾ ਸਵਾਦ ਆਉਣ ਲੱਗਾ ਸੀ ਉਹਨੇ ਜ਼ੋਰ ਦੇ ਕੇ ਕਿਹਾ ਤੇ ਜਿਆ ਗੱਲ ਸਿਰੇ ਲਾ ਫੇਰ ਭਾਈ ਇੱਕ ਹੋਰ ਰਿਸ਼ਤੇਦਾਰ ਬੋਲਿਆ ਤੇਜ ਨੇ ਸਾਖੀ ਅੱਗੇ ਤੋਰੀ ਜਵਾਲਾ ਸਿੰਘ ਅਸੀਂ ਕੀ ਕੱਢਣਾ ਪਾਉਣਾ ਹੈ ਤੇਰੇ ਘਰ ਦੀ ਲੜਾਈ ਚ ਕੱਲ ਨੂੰ ਇਹ ਥਾਣੇ ਜਾ ਖੜਨਗੇ ਆ ਤੇ ਜੇ ਸਾਡੇ ਨਾਂ ਵਿੱਚ ਲਿਖਾਤੇ ਕਿਸੇ ਨੇ ਯਕੀਨ ਨਹੀਂ ਕਰਨਾ ਆਪਣੇ ਆਪ ਨੂੰ ਸੱਚੇ ਸਾਬਤ ਕਰਦੇ ਆ ਨੂੰ 4-5 ਸਾਲ ਕਚਹਿਰੀਆਂ ਚ ੱਤਕੇ ਖਾਣੇ ਪੈਣਗੇ ਥਾਣਿਆਂ ਕਚਹਿਰੀਆਂ ਚ ਤੀਵੀਆਂ ਦੀ ਸੁਣਦੇ ਵੀ ਬਹੁਤ ਹੈ ਐਸ ਉਮਰ ਚ ਤਾਂ ਨਹੀਂ ਸਾਥੋਂ ਬੇਇੱਜ਼ਤੀ ਕਰਾਈ ਦੀ ਤੇਰੇ ਘਰ ਦਾ ਮਾਮਲਾ ਜਿਵੇਂ ਨਜਿੱਠੀ ਦਾ ਨਜਟ ਇੱਕ ਹੋਰ ਉੱਠਣ ਲੱਗਾ ਕਹਿੰਦਾ ਰਿਸ਼ਤੇਦਾਰ ਪਹਿਲਾਂ ਮੁੰਡਿਆਂ ਦਾ ਇਲਾਜ ਕਰਾ ਆਪਣੇ ਇਸ ਕਰਨੈਲ ਨੂੰ ਤਾਂ ਨਸ਼ਾ ਛਡਾਊ ਕੇਂਦਰ ਚ ਭੇਜ ਵੱਡੇ ਦਾ ਵੀ ਖਿਆਲ ਰੱਖੀ ਜੇਲ੍ਹਾਂ ਚ ਤਾਂ ਨਸ਼ੇ ਵਾਧੂ ਸਮੈਗ ਚਿੱਟਾ ਭੁੱਕੀ ਜੋ ਮਰਜੀ ਲੈ ਲੋ ਫਿਰ ਤਾਂ ਜਵਾਲਾ ਹਾਥੀ ਬੰਨੀ ਜਾਵੇ ਬੈਠੋ ਬੈਠੋ ਕਹੀ ਜਾਵੇ ਪਰ ਉਹ ਬੈਠੇ ਨਹੀਂ ਮਗਰੋਂ ਫਿਰ ਜਵਾਲੇ ਨੇ ਨੂਹ ਦੀ ਲਾਹ ਪਾਨੀ ਕੀਤੀ ਇੱਕ ਨੇ ਪੁੱਛਿਆ ਵਾਹ ਇਹ ਤੇਰੇ ਤੇਜਾ ਬੋਲਿਆ ਨੂਆ ਕਹਿੰਦੀਆ ਬਾਪੂ ਘਰ ਦਾ ਸਾਰਾ ਸਮਾਨ ਮੁੱਕਿਆ ਪਿਆ ਤੂੰ ਆਪਦੇ ਪੁੱਤ ਨੂੰ ਸੰਭਾਲ ਨਸ਼ਾ ਨੁਸ਼ਾ ਲਿਆ ਕੇ ਦੇ ਇਹਨੂੰ ਅਸੀਂ ਵਿਸ਼ਨੂ ਨਾਲ ਜਾ ਕੇ ਸ਼ਹਿਰੋਂ ਸਮਾਨ ਲੈ ਆਈਏ ਦੋ ਕੁ ਘੰਟਿਆਂ 'ਚ ਮੋੜਾਵਾਂਗੇ ਆ ਤੂੰ ਕੀ ਯਾਰ ਇੰਨੀ ਦਲੇਰੀ ਇੱਕ ਬੋਲਿਆ ਉਹ ਇਹ ਤਾਂ ਉਲਟੀ ਗੰਗਾ ਵਗਣ ਲੱਗ ਪਈ ਭਰਾਓ ਬਣੂ ਕੀ ਆਪਣੀ ਤਾਂ نسل ਹੀ ਵਿਗੜ ਜਾਣੀ ਐ ਇੱਕ ਹੋਰ ਨੇ ਫਿਕਰ ਨਾਲ ਕਿਹਾ ਇਹ ਵਿਸ਼ਨੂ ਕੌਣ ਪਰਲੇ ਪਾਸੇ ਵਾਲਾ ਜਥੇਦਾਰ ਚੱਲਦੀ ਕਥਾ ਚ ਆਇਆ ਸੀ ਉਹ ਜਵਾਲੇ ਗਿਆ ਨੇ ਭਈਆ ਰੱਖਿਆ ਹੋਇਆ ਪੱਕਾ ਅੱਛਾ ਅੱਛਾ ਦੇਖਿਆ ਮੈਂ ਉਹ ਕਾਲਾ ਸਾਣਜਿਆ ਤੇ ਕੈਲਾ ਨਹੀਂ ਬੋਲਿਆ ਕੁਛ ਫੇਰ ਉਹ ਬੋਲਣ ਜੋਗਾ ਹੁੰਦਾ ਤਾਂ ਬੋਲਦਾ ਉਹ ਤਾਂ ਉੱਥੇ ਹੀ ਬੈਠਾ ਰਿਆ ਗੰਢ ਜੀ ਬਾਣੀ ਮੈਂ ਤਾਂ ਫਿਰ ਹੇਠਾਂ ਉਤਰ ਆਇਆ ਸੀ ਤੇਜੇ ਨੇ ਕਥਾ ਦਾ ਭੋਗ ਪਾਉਂਦੇ ਆ ਕਿਆ ਉੱਥੇ ਜੁੜੀ ਸੰਗਤ ਇਸ ਕਥਾ ਉੱਪਰ ਤਬਸਰਾ ਕਰਨ ਤੋਂ ਡਰਦੀ ਸੀ ਭਗੇਲ ਸਿੰਘ ਉਥੇ ਨਾ ਹੁੰਦਾ ਤਾਂ ਸਭਨਾ ਨੇ ਮੰਦੀ ਪੜਾਅਸ ਕੱਢ ਲੈਣੀ ਸੀ ਪਰ ਪਿੰਡ ਦਾ ਮਸਲਾ ਸੀ ਸ਼ਰੀਕੇ ਦਾ ਭਾਈਚਾਰੇ ਦਾ ਤੇ ਭਗੇਲ ਸਿੰਘ ਨੇ ਆਖਣਾ ਸੀ ਮਾੜੀ ਗੱਲ ਮੂੰਹੋਂ ਨਹੀਂ ਕਢੀਦੀ ਕੁਝ ਬੈਠੇ ਸੋਚ ਰਹੇ ਸੀ ਕਿਉਂ ਕਿਸ ਕਿਸ ਨੂੰ ਰੋਕੂਗਾ ਭਗੇਲ ਸਿੰਘ ਆਖਰ ਇੱਕ ਬੋਲ ਹੀ ਉੱਠਿਆ ਮੈਂ ਤਾਂ ਨਾ ਚੰਗਾ ਹੋਇਆ ਜਵਾਲਾ ਸਿੰਘ ਵੀ ਨੱਕ ਚੁੱਠੂ ਹੀ ਸੁਟਦਾ ਰਹਿੰਦਾ ਸੀ ਇੱਕ ਹੱਥ ਮੁੱਛ ਤੇ ਹੀ ਰੱਖਦਾ ਸੀ ਹੁਣ ਕੁੱਤਿਆਂ ਦੇ ਘੇਰੇ ਗਿੱਦੜਾਂ ਨੂੰ ਪੂਛ ਚੱਡਿਆਂ ਚ ਲਈ ਫਿਰਦਾ ਕਰੋਈਨੀ ਨਿਕਲਦਾ ਹੋਰ ਵੇਖੋ ਅੱਧੀ ਰਾਤ ਨੂੰ ਨੂਹ ਦੇ ਕਮਰੇ ਚ ਪਾਣੀ ਭਾਲਦਾ ਫਿਰਦਾ ਸ਼ਰਮ ਨਾ ਆਈ ਚੋਰੇ ਨੂੰ ਕਿਉਂ ਪਕਾਈ ਮਾਰੀ ਜਾਂਦੇ ਆ ਕਈ ਵਾਰ ਬੰਦੇ ਨੂੰ ਤੇਹ ਲੱਗ ਜਾਂਦੀ ਹੈ ਉਂ ਵੀ ਨੀਂਦ ਚ ਪਤਾ ਨਹੀਂ ਲੱਗਦਾ ਇਸ ਵਾਰ ਉੱਥੇ ਬੈਠਿਆਂ ਨੂੰ ਸਮਝ ਨਹੀਂ ਆਈ ਭਗੇਲ ਸਿੰਘ ਸੱਚੀ ਜਵਾਲਾ ਸਿੰਘ ਦਾ ਪੱਕਪੂਰ ਦਾ ਹੈ ਤੇ ਉਹਦੇ ਬੋਲਾਂ ਚ ਕੋਈ ਰਮਜ਼ ਹੈ ਮੈਨੂੰ ਤਾਂ ਲੱਗਦਾ ਹੈ ਜਵਾਲਾ ਹਿੱਲਿਆ ਫਿਰਦਾ ਉਹੀ ਬੋਲਿਆ ਇਲੇ ਨਹੀਂ ਔਟਲੇਆ ਫਿਰਦਾ ਇੱਕ ਹੋਰ ਆ ਕੇ ਹੱਸਿਆ ਉਹ ਸਾਲਾ ਬਿਸਨੂ ਤਾਂ ਸਾਰਾ ਦੁੱਧ ਘਿਓ ਛਕਦਾ ਹੋਣਾ ਜਮੀਨ ਬੋਣੀ ਸੌਖੀ ਆ ਕਿਤੇ ਤੇਜੇ ਦੀ ਝਾਕਣੀ ਵਿੱਚ ਘੁਣਤਰ ਸੀ ਬਗੇਲ ਸਿੰਘ ਨੇ ਫੇਰ ਹਟ ਗਿਆ ਹਟੋਏ ਬੰਦ ਕਰੋ ਤੇ ਫਿਰ ਪਿੰਡ ਦੀ ਦਾਣਾ ਮੰਡੀ ਚ ਕਾਮ ਰੇਡਾਂ ਦੀ ਹੋਣ ਵਾਲੀ ਰੈਲੀ ਬਾਰੇ ਗੱਲਾਂ ਹੋਣ ਲੱਗ ਪਈਆਂ ਸਤੀਸ਼ਰੂ ਆਉਂਦਾ ਡੇਚ ਖੜਾ ਸੀ ਮਾਸਟਰ ਜਗਦੀਪ ਘਰ ਘਰ ਜਾ ਕੇ ਲੋਕਾਂ ਨੂੰ ਸੁਨੇਹੇ ਦਿੰਦਾ ਫਿਰ ਰਿਹਾ ਸੀ ਸੁਭਾਬਨ ਨਾਲ ਇੱਧਰ ਆਇਆ ਤਾਂ ਸੱਤੀ ਨੂੰ ਵੇਖ ਕੇ ਉਹਨੂੰ ਯਾਦ ਕਰਾਉਣ ਉਸ ਕੋਲ ਆ ਖੜਾ। ਸਤਵੰਤ ਯਾਦ ਹੈ ਨਾ ਕੱਲ ਨੂੰ ਮੰਡੀ 'ਚ ਰੈਲੀ ਐ। ਮੈਨੂੰ ਛੁੱਟੀ ਤਾਂ ਹੈਗੀ ਆ ਕੱਲ ਵੇਲੇ ਹੀ ਸੀ ਪਰ ਮੈਂ ਸ਼ਹਿਰ ਜਾਣਾ ਬਹੁਤ ਜ਼ਰੂਰੀ ਕੰਮ ਐ। ਸੱਤੀ ਨੇ ਹੁਸਨਪ੍ਰੀਤ ਕੋਲ ਜਾਣ ਦਾ ਵਾਅਦਾ ਕੀਤਾ ਸੀ। ਜਾਇਆ ਸ਼ਹਿਰ ਆਪਣੀ ਰੈਲੀ ਦਾ ਆਥਣੇ ਆ ਜਦੋਂ ਲੋਕ ਕੰਮਾਂ ਧੰਦਿਆਂ ਤੋਂ ਵੇਲੇ ਹੋ ਜਾਂਦੇ ਆ। ਠੀਕ ਐ ਮੈਂ ਕੋਸ਼ਿਸ਼ ਕਰੂੰਗਾ ਤੇਰੀ ਰੈਲੀ ਵੇਲੇ ਤੱਕ ਮੋੜਾਂ। ਕੋਸ਼ਿਸ਼ ਨਹੀਂ ਸਤਵੰਤ ਕੰਮ ਛੱਡ ਕੇ ਵੀ ਆਉਣਾ ਲੋਕਾਂ ਦੇ ਮਸਲਿਆਂ ਬਾਰੇ ਗੱਲਾਂ ਕਰਨ ਲਈ ਬੁਲਾ ਰਹੇ ਸੱਦੇ ਐ ਤੇਰੇ ਵਰਗੇ ਪੜ੍ਹੇ ਲਿਖੇ ਸਰੋਤਿਆਂ ਦੀ ਬਹੁਤ ਲੋੜ ਐ ਨੇਤਾ ਲੋਕਾਂ ਨੂੰ ਉਲੂ ਬਣਾਈ ਫਿਰਦੇ ਐ ਮੈਂ ਤਾਂ ਲੋਕਾਂ ਨੂੰ ਚੇਤਨਨ ਕਰਨ ਲਈ ਆਪਣੀ ਨੌਕਰੀ ਵੀ दांव ਤੇ ਲਾਈ ਹੋਈ ਐ ਲੋਕਾਂ ਨੂੰ ਸਮਝ ਹੀ ਨਹੀਂ ਸੰਘਰਸ਼ ਬਿਨਾ ਮੁਕਤੀ ਦਾ ਕੋਈ ਰਾਹ ਨਹੀਂ ਸੱਤੀ ਨੂੰ ਡਰ ਲੱਗਾ ਕਿਤੇ ਨਾਮੁਕਨ ਵਾਲੀ ਬਹਿਸ ਨਾ ਸ਼ੁਰੂ ਹੋ ਜਾਏ ਉਹ ਥੱਕਿਆ ਹੋਇਆ ਸੀ ਕੁਝ ਦਿਨ ਕੋਰੇ ਕੋਲ ਜਾਣਾ ਚਾਹੁੰਦਾ ਸੀ ਪਰ ਜਗਦੇਵਤਾ ਇੱਥੇ ਭਾਸ਼ਣ ਸ਼ੁਰੂ ਕਰੀ ਖੜਾ ਸੀ ਛੱਤੀ ਨੇ ਕਿਹਾ ਮਾਸਟਰ ਜੀ ਤੁਹਾਨੂੰ ਪਤਾ ਹੀ ਹੈ ਮੇਰਾ ਦੇਖ ਲਓ ਹੁਣ ਆਇਆ ਡਿਊਟੀ ਤੋਂ ਲੀਡਰ ਲੋਕਾਂ ਤੋਂ ਜਿੰਨੀ ਦੂਰੀ ਬਣੀ ਰਹੇ ਚੰਗਾ ਹੀ ਹੈ ਹੁਣ ਸਾਡੇ ਬਹੁਤੇ ਦੇਸ਼ ਭਗਤਾਂ ਉਹ ਬਣੇ ਬੈਠੇ ਆ ਜਿਨ੍ਹਾਂ ਨੇ ਦੇਸ਼ ਭਗਤੀ ਦਾ ਕੋਈ ਕੰਮ ਵੀ ਨਹੀਂ ਕੀਤਾ ਉਲਟਾ ਅੰਗਰੇਜ਼ੀ ਹਕੂਮਤ ਦੇ ਤਲਵੇ ਚੱਟੇ ਜਿਨ੍ਹਾਂ ਨੇ ਜੇਲਾਂ ਕੱਟੀਆਂ ਤਸ਼द्दਦ ਸਹੇ ਉਹਨਾਂ ਨੂੰ ਗद्दार ਕਹਿਣ ਲੱਗੇ ਇੱਕ ਪਲ ਵੀ ਨਹੀਂ ਸੋਚਦੇ ਇਸੇ ਕਰਕੇ ਰਾਜਨੀਤੀ 'ਚ ਕੋਈ ਬਹੁਤੀ ਦਿਲਚਸਪੀ ਨਹੀਂ ਰਹੀ ਮੇਰਾ ਤਾਂ ਹੀ ਖਿਆਲ ਹੈ ਜਦੋਂ ਵੇਲਾ ਹੁੰਦਾ ਸੀ ਸੋਚਦਾ ਹੁੰਦਾ ਸੀ ਮੈਂ ਕਿਸੇ ਡੇਰੇ 'ਚ ਹੀ ਚਲਾ ਜਾਵਾਂ ਭਾਵੇਂ ਮੈਂ ਨਾ ਮਠਾਂ ਡੇਰਿਆਂ ਨੂੰ ਮੰਨਦਾ ਨਹੀਂ ਪਰ ਉੱਥੇ ਖਾਣ ਨੂੰ ਤਾਂ ਮਿਲੂਗਾ ਜਗਦੇਵ ਕੀ ਆਖਦਾ ਸੱਤੀ ਦੇ ਘਰ ਦੀ ਕਸ਼ਟਦਾਇਕ ਹਾਲਤ ਬਾਰੇ ਉਹ ਜਾਣਦਾ ਸੀ ਇਹ ਵੀ ਸਮਝਦਾ ਸੀ ਭੁੱਖੇ ਢਿੱਡ ਨਾਲ ਭਗਤੀ ਹੁੰਦੀ ਹੈ ਨਾ ਰਾਜਨੀਤੀ ਫਿਰ ਵੀ ਉਹਨੇ ਕਿਹਾ ਸਤਵੰਤ ਇੱਕ ਗੱਲ ਯਾਦ ਰੱਖੀ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਸਾਨੂੰ ਗੰਭੀਰ ਚਿਹਰੇ ਬਣਾਉਣੇ ਹੋਣਗੇ ਇਸ ਨਾਲ ਭੋਰਾ ਵੀ ਫਰਕ ਨਹੀਂ ਪੈਂਦਾ ਤੁਹਾਡੇ ਅੰਦਰ ਕੀ ਹੈ ਜਿਹੜੇ ਵਿਚਾਰਾਂ ਦੇ ਸੁਭਾਅ ਦੇ ਜਾਤੀ ਦੇ ਲੋਕ ਹੋਣਗੇ ਉਸੇ ਰੰਗ ਚ ਰੰਗਣਾ ਹੋਏਗਾ ਆਪਣੇ ਆਪ ਨੂੰ ਸਤੀ ਹੱਸਿਆ ਫਿਰ ਤਾਂ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਇੰਨੀ ਉਤਰੀ ਰਾਜਨੀਤੀ ਇੰਨਾ ਉਤਰੇ ਬਿਨਾਂ ਲੋਕਾਂ ਦੀ ਸਾਈਕੀ ਤੁਸੀਂ ਸਮਝ ਹੀ ਨਹੀਂ ਸਕਦੇ ਜਗਦੇਵ ਨੇ ਦਾਅਵੇ ਨਾਲ ਕਿਹਾ ਫਿਰ ਵਿਚਾਰ ਧਾਰਾ ਕਿੱਧਰ ਗਈ ਕੱਟਣ ਵਿਚਾਰ ਧਾਰਾ ਨੇ ਬੜਾ ਨੁਕਸਾਨ ਕੀਤਾ ਸਤੀ ਦੇਸ਼ ਦਾ ਵੀ ਤੇ ਆਪਣੇ ਸਮਾਜ ਦਾ ਵੀ ਮੇਰੇ ਤਾਂ ਨਿੱਜੀ ਪਰਿਵਾਰ ਦਾ ਵੀ ਬਹੁਤ ਨੁਕਸਾਨ ਹੋਇਆ ਤੈਨੂੰ ਪਤਾ ਹੀ ਹੈ ਚੱਲ ਹੁਣ ਤੈਨੂੰ ਵੀ ਵੇਲ ਨਹੀਂ ਕੱਲ ਕਰਾਂਗੇ ਗੱਲਾਂ ਮੇਰੀ ਅਰਜ਼ ਹੈ ਸਮੇਸਿਰ ਪਹੁੰਚ ਜਾਇਆ ਆਕੇ ਜਗਦੇਵ ਜਿਵੇਂ ਖੜਾ ਛੁਡਾ ਕੇ ਤੁਰਿਆ ਹੋਵੇ ਸਤੀ ਘਰਵਾਲਾ ਜਾਂਦਾ ਹੁਸਨਪ੍ਰੀਤ ਨੂੰ ਮਿਲਣ ਦੇ ਫਿਕਰਾਂ 'ਚ ਪਿਆ ਹੋਇਆ ਸੀ ਕੀ ਭਾਲਦੀ ਆ ਮੇਰੇ ਕੋਲ ਘਾਰਾਂ 'ਚ ਚੜਨ ਵਾਲੀ ਨੂੰ ਕੀ ਲੋੜ ਪੈ ਗਈ ਇੰਨੀ ਜ਼ਰੂਰੀ ਕੰਮ ਇਹੋ ਜਿਹੇ ਵੀ ਹੁੰਦੇ ਐ ਜਿਹੜੇ ਮਹੀਨਾ ਮਹੀਨਾ ਲਟਕਦੇ ਰਹਿੰਦੇ ਐ ਘਰ ਆ ਕੇ ਰੋਟੀ ਖਾਂਦਾ ਪੈਂਦਾ ਇਨਾ ਖਿਆਲਾਂ ਦੀ ਉਲਝਿਆ ਰਿਹਾ ਜੇ ਸੁੱਤੋਂ ਨੀਂਦਾ ਜਿਆ ਸੀ ਮੋਬਾਈਲ ਫੋਨ ਦੀ ਘੰਟੀ ਵੱਜੀ ਉੱਤਰਬ ਗਿਆ ਉਹੀ ਹੋਣੀ ਹੈ ਨੰਬਰ ਵੇਖਿਆ ਉਹੀ ਸੀ ਹੈਲੋ ਮੈਂ ਹੁਸਨਪ੍ਰੀਤ ਹਾਂਜੀ ਦੱਸੋ ਸਤਵੰਦ ਮੈਂ ਕੱਲ ਉਡੀਕ ਰਹੀਆਂ ਤੁਹਾਨੂੰ ਕੰਮ ਨਹੀਂ ਦੱਸਿਆ ਕੀ ਹੈ ਮਿਲ ਕੇ ਹੀ ਦੱਸਣ ਵਾਲਾ ਸਤਵੰਦ ਚਲੋ ਦੇਖਦਾ ਮੈਂ ਸੱਤ ਅੱਠ ਸੱਤੀ ਠੱਲਾ ਜਿਆ ਬੁਲਿਆ ਦੇਖਣਾ ਨਹੀਂ ਸੱਤੀ ਆਉਣਾ ਹੁਸਨਪ੍ਰੀਤ ਦੇ ਬੋਲਾਂ ਚ ਪੁਰਾਣੀ ਦੋਸਤੀ ਦਾ ਮਾਣ ਚਲ ਗਿਆ ਓਕੇ ਅੱਕੇ ਸਤਵੰਤ ਨੇ ਫੋਨ ਕੱਟ ਦਿੱਤਾ ਫਿਰ ਆਪਣੇ ਆਪ ਨਾਲ ਗੱਲਾਂ ਕਰਨ ਲੱਗਾ ਪਤਾ ਨਹੀਂ ਕਿਉਂ ਜ਼ਰੂਰੀ ਗੱਲ ਦਾ ਭੇਤ ਬਣਾਈ ਬੈਠੀ ਐ ਦਾਸੀ ਦੇਵੇ ਕੀ ਕੰਮ ਬੰਦਾ ਉਸ ਢੰਗ ਨਾਲ ਤਿਆਰੀ ਕਰ ਲੈਂਦਾ ਫਿਰ ਉਹ ਲੱਖਣ ਲਾਉਣ ਲੱਗਾ ਕਹੂਗੀ ਮੈਂ ਅੱਗੇ ਪੜਨਾ ਚਾਹਨੀ ਆ ਜਾਂ ਮੇਰੇ ਬੱਚਿਆਂ ਨੂੰ ਪੜਾ ਜਾਇਆ ਕਰ ਜਾਂ ਆਪਣੇ ਬਾਰੇ ਕੁਝ ਦੱਸਣਾ ਚਾਹੁੰਦੀ ਹੂੰ ਜਾਂ ਜਾਂ ਤੇ ਉਹ ਢੇਰ ਤੱਕ ਇਹੋ ਜਿਹੇ ਖਿਆਲਾਂ ਚੁੱਲ ਜਾਰਿਆ ਫਿਰ ਪਤਾ ਨਹੀਂ ਕਦੋਂ ਨੂੰ نیند ਆ ਗਈ ਧੰਨਵਾਦ